ਕਿੰਨੀ ਦੇਰ ਹੋ ਗਈ ਤੁਹਾਡੇ ਆਪਰੇਸ਼ਨ ਨੂੰ? ਆਪਰੇਸ਼ਨ ਨੂੰ ਮੇਰੇ 5 ਸਾਲ ਹੋ ਜਾਣਗੇ ਜੀ ਨਵੰਬਰ 'ਚ। 5 ਸਾਲ 1 ਨਵੰਬਰ ਨੂੰ। ਤੇ ਭਾਰ ਟੋਟਲ ਹੈ ਕਿੰਨਾ ਸੀ ਪਹਿਲਾਂ ਆਪਣਾ ਸਟਾਰਟਿੰਗ? 44। 144। ਅੱਜ ਕਿੰਨਾ ਹੈਗਾ? ਅੱਜ ਹੈ ਜੀ 90 ਹੋਣਾ ਜੀ। ਅੱਛਾ ਅੱਛਾ, ਮਤਲਬ 54 ਕਿਲੋ। ਹਾਂਜੀ ਹਾਂਜੀ। ਮਤਲਬ ਜਿਹੜੀ ਰੈਸਟ੍ਰਿਕਸ਼ਨ ਆ, ਜਿਹੜਾ ਇਹ ਆਪਰੇਸ਼ਨ ਕੀਤਾ ਹੋਇਆ, ਆਪਾਂ ਖੁਰਾਕ ਤੁਹਾਡੀ ਘਟਾਈ ਹੋਈ ਆ। ਹਾਂਜੀ ਹਾਂਜੀ। 5 ਸਾਲ ਬਾਅਦ ਵੀ ਹਜੇ ਉੱਥੇ ਹੀ ਹੋਈ ਆ 19। ਕਿ ਇਹ ਜਿਹੜਾ ਆਪਰੇਸ਼ਨ ਆ ਬੇਸਿਕਲੀ ਇਹ ਫੈਲਦਾ ਘੱਟ ਹੈ। ਠੀਕ ਹੈ। ਕਾਰਨ ਕੀ ਆ ਕਿ ਇਹਦਾ ਜਿਹੜਾ ਮੂੰਹ ਆ ਨਾ ਉਹ ਖੁੱਲ੍ਹਾ। ਠੀਕ ਹੈ ਜੀ। ਪਹਿਲੇ ਦਿਨ ਤੋਂ ਹੀ ਖੁੱਲ੍ਹਾ। ਠੀਕ ਹੈ ਜੀ। ਇਹਦੇ ਡਿਜ਼ਾਈਨਿੰਗ ਦਾ ਹੀ ਸਾਰਾ ਕੰਮ ਹੈ। ਹਾਂਜੀ। ਡਿਜ਼ਾਈਨਿੰਗ ਤੁਹਾਡੀ ਇਸ ਹਿਸਾਬ ਨਾਲ ਕੀਤੀ ਹੋਈ ਆ ਸੀ ਕਿ ਤੁਸੀਂ ਖਾ ਵੀ ਲਓ 2 ਫੁਲਕੇ। ਠੀਕ ਹੈ ਜੀ। ਔਰ ਤੰਗੀ ਨਾ ਹੋਵੇ, ਕੋਈ ਉਲਟੀ ਨਾ ਆਵੇ। ਠੀਕ ਹੈ ਜੀ। ਔਰ ਫੈਲਦਾ ਕਿਉਂ ਨਹੀਂ ਹੈਗਾ ਮਿਲਦਾ? ਕਿਉਂਕਿ ਆਰਾਮ ਨਾਲ ਖੁਰਾਕ ਨੀਚੇ ਚਲੀ ਜਾਂਦੀ ਹੈ, ਬੈਕ ਪ੍ਰੈਸ਼ਰ ਨਹੀਂ ਹੈ। ਪੁਰਾਣੇ ਜਿਹੜੇ ਆਪਰੇਸ਼ਨ ਸੀ, ਬੈਂਡ ਸੀ, ਸਲੀਵ ਸੀ, ਉਹਦੇ ਮੁਕਾਬਲੇ 'ਚ ਉਹਨਾਂ ਦੇ ਵਿੱਚ ਐਕਚੁਅਲੀ ਇੱਥੋਂ ਟਾਈਟ ਬਹੁਤ ਹੋ ਜਾਂਦਾ ਸੀ। ਹਾਂਜੀ ਹਾਂਜੀ। ਟਾਈਟ ਹੋਣ ਨਾਲ ਫਿਰ ਉਹਦੇ ਨਾਲ ਜ਼ਿਆਦਾ ਜੀ ਕੱਚਾ ਉਲਟੀ ਨੀਚੇ ਨਹੀਂ ਜਾਂਦਾ। ਅੱਛਾ, ਫਿਰ ਸਵਾਲ ਆਉਂਦਾ ਦੂਸਰਾ ਕਿ ਤੁਸੀਂ ਮਿੱਠਾ ਕਿੰਨਾ ਖਾਂਦੇ ਆ? ਹਾਂਜੀ, ਮਿੱਠਾ ਤਾਂ ਉਦੋਂ ਬਾਅਦ ਇਹ ਮੈਂ ਦੇਖਿਆ ਜਿਹੜੇ ਪੇਸ਼ੈਂਟ ਜ਼ਿਆਦਾ ਮਿੱਠਾ ਖਾਂਦੇ ਆ ਉਹਨਾਂ ਦਾ ਵੇਟ ਹੌਲੀ 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 ਉੱਪਰ ਜਾਣਾ ਹੀ ਜਾਣਾ, ਕਿਉਂਕਿ ਮਿੱਠੇ 'ਚ ਕੈਲਰੀਜ਼ ਆ। ਹਾਂਜੀ ਹਾਂਜੀ। ਮਿੱਠਾ ਜ਼ਿਆਦਾ ਮਤਲਬ ਆ, ਜਿਵੇਂ ਆਪਾਂ ਨੋਰਮਲੀ ਚਾਹ ਪੀਂਦੇ ਹਾਂ 2 ਵਾਰੀ ਪੀਲੀਏ। ਹਾਂਜੀ ਹਾਂਜੀ। ਠੀਕ ਹੈ, ਜੇ ਆਪਾਂ ਚਾਹ ਪੀਣੀ ਆ ਮਤਲਬ 10 ਵਾਰੀ ਪੀਣੀ ਹੈ ਚਾਹ, ਹਾਂਜੀ, ਚੰਗੀ ਚੀਨੀ ਪਾ ਕੇ, ਹਾਂਜੀ ਹਾਂਜੀ, ਫਿਰ ਤਾਂ ਭਾਰ ਉੱਪਰ ਆਉਣਾ ਹੀ। ਹਾਂਜੀ। ਫਿਰ ਜੇ ਫਿਰ ਇਹਦੇ 'ਚ ਇਹ ਆ ਕਿ ਇਹਦੀ ਮੋਨੀਟਰਿੰਗ ਕਰਦੇ ਰਹੋ, ਜੇ ਤੁਹਾਨੂੰ ਲੱਗਦਾ ਨਾ ਵੀ ਥੋੜ੍ਹਾ ਉੱਪਰ ਆਇਆ ਫਿਰ ਤੁਸੀਂ ਮਿੱਠਾ ਬੰਦ ਕਰ ਦਿਓ 2-3 ਮਹੀਨੇ ਲਈ। ਠੀਕ ਹੈ ਜੀ। ਮਿੱਠਾ ਬੰਦ ਕਰਾਂਗੇ ਫਿਰ ਨੀਚੇ ਆ ਜਾਊਗਾ। ਠੀਕ ਹੈ ਜੀ। ਦੂਸਰਾ ਮਿੱਠੇ ਦਾ ਹੋ ਗਿਆ, ਤੀਸਰਾ ਹੈਗਾ ਜਿਹੜਾ ਸ਼ਰਾਬ ਦਾ। ਹਾਂਜੀ ਹਾਂਜੀ। ਉਹ ਤਾਂ ਬੰਦ ਹੀ ਤੁਹਾਡੇ ਹੈ ਨਹੀਂ ਗੇ। ਠੀਕ ਹੈ। ਤੇ ਜਿਹੜੇ ਪੇਸ਼ੈਂਟ ਸ਼ਰਾਬ ਬਿਲਕੁਲ ਨਹੀਂ ਪੀਂਦੇ ਉਹਨਾਂ ਦਾ ਰਿਜ਼ਲਟ ਮੱਚ ਬੈਟਰ ਰਹਿੰਦਾ। ਠੀਕ। ਕੀ ਵੇਟ ਤਾਂ ਇੱਧਰ ਦਾ ਫਲਕਚੁਏਟ ਤਾਂ ਇਹਨੇ ਕਰਦਾ ਹੀ ਰਹਿਣਾ। ਠੀਕ ਹੈ। 2 ਕਿਲੋ ਵਧਿਆ, 2 ਕਿਲੋ ਕਰਨਾ, ਮਿੱਠਾ ਬੰਦ। ਹਾਂਜੀ। ਸੈਰ ਸੂਰ ਸ਼ੁਰੂ ਕਰਨੀ ਹੈ। ਠੀਕ ਹੈ ਜੀ। 2 ਕਿਲੋ ਘਟਾ ਦੇਣਾ, 3 ਘਟਾ ਦੇਣਾ। ਠੀਕ ਹੈ। ਬਸ ਇੱਦਾਂ ਹੀ ਚੱਲਦਾ ਰਹੇ।